ਸਤਿ ਸ਼੍ਰੀ ਅਕਾਲ ਭਾਈ, ਤੁਹਾਨੂੰ ਸਾਰਿਆਂ ਨੂੰ ਤੁਹਾਡਾ ਹੋਰ ਨਵੇਂ ਵਲੌਗ 'ਚ ਸਵਾਗਤ ਆ। ਅਤੇ ਆਹ ਫਰੇਮ ਜਿਹਾ ਵੇਖ ਕੇ ਨਾ, ਇਹ ਆਹ ਵਾਲਾ ਫਰੇਮ ਜਿਹਾ ਬੜਾ ਹੀ ਸਕੂਨ ਜਿਹਾ ਮਿਲਦਾ। ਅਤੇ ਬਾਈ ਜੀ, ਆਹ ਆਪਣਾ ਘੋੜਾ ਐਂ ਹੋ ਗਿਆ ਹੈਗਾ, ਐਂ ਹੋ ਗਿਆ ਨੀ ਖਾਲੀ ਦਾ ਖਾਲੀ, ਇੱਧਰੋਂ ਇੱਧਰ ਸੇ ਵੀ। ਬਾਕੀ ਇਹ 'ਤੇ ਕਦੋਂ ਫੁੱਲ ਵੀਡੀਓ ਬਣਾਵਾਂਗੇ। ਅਤੇ ਚਲੀਏ ਆਪਾਂ ਫਾਰਮ 'ਤੇ। ਅਤੇ ਚੱਲ ਕੇ ਆਪਣਾ ਕੰਮ ਵੇਖੀਏ, ਅਤੇ ਆਪਾਂ ਮਿਕਸ ਜੀ ਵੀਡੀਓ ਬਣਾਉਣੀ ਕਰਨੀ। ਅਤੇ ਆਹ ਵੀ ਖਲੋਤਾ, ਇਹਦਾ ਬਾਈ ਡੈੱਕ ਸਹੀ ਕਰਾਉਣ ਵਾਲਾ। ਆਹ ਹੁਣ ਇਹ 'ਤੇ ਸ਼ਿਫਟ ਕਰ ਦੇਣਾ, ਉਹ 'ਤੇ ਨਵਾਂ ਲੱਗੂਗਾ। ਆਹ ਜੀ, ਜੇ ਬੜੇ ਦਿਨਾਂ ਦੀ ਮੈਸੇਜ ਹੀ ਕਰਨ ਡੇ ਆਪਾਂ ਫਰੇਮ ਜਾ। ਬਾਕੀ ਆਲਮੋਸਟ ਕੰਮ ਹੋ ਗਿਆ ਸਾਰਾ ਹੀ, ਸਿਰਫ ਇੱਕ ਹੁਣ ਇਹਨੂੰ ਆ ਮਗਰਾੜ ਜੇ ਚੇਂਜ ਕਰਾਉਣੇ ਆ। ਰੰਗ ਆਪਾਂ ਕਰਾਉਣਾ ਨਹੀਂ, ਰੀਜਨਲ ਰੱਖਣਾ ਵਾ, ਰੀਜਨਲ ਸੋਹਣਾ ਇਹਦਾ ਨਾਲ ਦਾ ਰੰਗ ਆ। ਉਹ ਮਾੜੀ ਮੋਟੀ ਸ਼ੋਅ ਜਿਹੜੀ ਆ ਉਹ ਸਹੀ ਕਰਵਾ ਲੈਣੀ ਆਪਾਂ। ਇਹਨੂੰ ਨਾ ਇੱਕ ਵਾਰੀ ਅਰੇ ਫਿਰ ਵਰਕਸ਼ਾਪ ਖੜਨਾ ਪੈਣਾ, ਇਹ ਥੋੜ੍ਹੀ ਜਿਹੀ ਪ੍ਰੋਬਲਮ ਕਰਦਾ ਪਿਆ। ਕੀ ਸੁਣਾਵਾਂ ਤੁਹਾਨੂੰ ਚੀਜ਼, ਬਾਈ ਇਹਨੂੰ ਖੜਨਾ ਸੀਗਾ ਕੋਈ, ਆਪਾਂ ਇੱਕ ਸਕੰਜਾ ਜਿਹਾ ਲਾ ਦੇ ਕੇ ਲੈਣਾ, ਉਹਦੇ ਕਰਕੇ ਉਹਨੂੰ ਬਾਹਰ ਲੈ ਕੇ ਆਉਂਦਾ। ਅਤੇ ਲੈਣ ਦਾ ਆਪਾਂ ਇਹਨੂੰ ਫਾਰਮ 'ਤੇ, ਅਤੇ ਇਹਦੀ ਕਦੋਂ ਫੁੱਲ ਡਿਟੋਇਲ ਵੀਡੀਓ ਬਣਾਵਾਂਗੇ। ਅਤੇ ਇਹਦਾ ਇੱਕ ਦੋ ਨਿਕਾਨਾ ਜਿਹਾ ਕੰਮ ਰਹਿ ਗਿਆ, ਅਤੇ ਮੈਂ ਉੱਦਣ ਵਰਕਸ਼ਾਪ ਗਿਆ ਨਹੀਂ। ਉਹਦਾ ਕਾਰਨ ਇਹ ਕਿ ਮੈਨੂੰ ਕੋਈ ਕੰਮ ਨਹੀਂ, ਅਤੇ ਮੈਂ ਨਿਕਲ ਗਿਆ ਬਾਹਰ। ਅਤੇ ਬਾਈ ਅਤੇ ਵੱਡਾ ਬਾਈ ਲੈਣ ਗਏ ਸੀ, ਅਤੇ ਆਪਾਂ ਆਪਣੀ ਮੋਰਨਿੰਗ ਜੋਬ ਬਾਈ ਜੀ, ਅਤੇ ਆ ਪੜਦਾ ਤੁਹਾਨੂੰ ਵੇਖਣ ਨੂੰ ਗਾੜੀ ਮਿਲ ਸਕਦਾ। ਇਹ ਆਪਾਂ ਵੱਧਾ ਸੀਗਾ ਜੀ ਰਾਤੀ, ਕਿਉਂਕਿ ਇੱਧਰ ਦੇ ਫਾਰਮ ਦਾ ਥੋੜ੍ਹਾ ਜਿਹਾ ਟੈਂਪਰੇਚਰ ਨਾ ਡਾਊਨ ਲੱਗਦਾ ਹੈ। ਰਾਤੀ ਨਾ ਇਕੱਠਾ ਹੋਈ ਜਾਂਦਾ ਸੀ ਮਾਲ, ਅਤੇ ਇਸ ਕਰਕੇ ਫਿਰ ਅਸੀਂ ਪੜਦਾ ਬੰਨ ਕੇ, ਅਤੇ ਹੁਣ ਅਸੀਂ ਖੋਲ੍ਹ ਦਿੰਦੇ ਹਾਂ। ਅਤੇ ਹੁਣ ਇਹਨੇ ਸਾਲੇ ਨੇ ਬੁੱਗਾ ਟੱਡਿਆ ਵਾ ਗਰਮੀ ਨਾਲ, ਕੱਲ੍ਹ ਇਕੱਠਾ ਹੁੰਦਾ ਜਾਂਦਾ ਸੀ। ਅਤੇ ਬਾਈ ਜੀ ਮਾਲ ਹੋ ਗਿਆ ਆਪਣਾ, ਅੱਜ ਚੂਚਾ ਹੋ ਗਿਆ ਬਾਈ ਜੀ ਚਾਰਾਂ ਦਿਨਾਂ ਦਾ। ਅਤੇ ਆਪਾਂ ਆਪਣਾ ਰੂਟੀਨ ਵਰਕ, ਦਵਾਈ ਚੱਲੀ ਜਾਂਦੀ ਆ, ਅੱਜ ਤਕਰੀਬਨ ਉਹ ਮੁੱਕ ਜਾਣੀ ਆ। ਅਤੇ ਫਿਰ ਆਪਾਂ ਇਹਨੂੰ 6-7 ਮਹੀਨੇ ਇੱਕ ਲੀਵਰ ਦਾ ਕੋਰਸ ਕਰਾਉਣਾ, ਅਤੇ ਨਾਲ ਦੀ ਨਾਲ ਇੱਕ ਨੂੰ ਲੀਵਰ ਅਤੇ ਵਿਟਾਮਿਨ, ਕਿਉਂਕਿ ਗਰਮੀਆਂ ਗਰਮੀਆਂ 'ਚ ਵਿਟਾਮਿਨ ਦੀ ਵੀ ਲੋੜ ਪੈਂਦੀ ਆ। ਅਤੇ ਆਹ ਬਰਡ ਆ ਬਾਈ ਜੀ ਆਪਣਾ, ਹੁਣ 7 ਦਿਨ ਵੇਟ ਕਰਦੇ ਹਾਂ, ਤਾਂ ਬੋਡੀ ਵੇਟ 7 ਦਿਨ ਬਾਬੇ ਜੀ ਕਿਰਪਾ ਨਾਲ ਕੀ ਹੁੰਦਾ। ਅਤੇ ਬਾਕੀ ਆਪਣੇ ਫਾਰਮ 'ਚ ਖਲਾਰਾ ਪੈਣ ਲੱਗ ਪਿਆ ਫਿਰ, ਅਤੇ ਆਪਾਂ ਬਾਈ ਸ਼ਿਕਾਰ ਰਾਤ ਦਾ ਕੀਤਾ ਫਿਰ, ਅਤੇ ਅੱਜ ਨਹੀਂ
ਕੱਲ ਨੂੰ ਆਹ ਪਿੱਲਰ ਫੇਰ ਦੇ ਦੇਣਾ, ਇੱਕ ਪਿੱਲਰ ਨੂੰ ਫੇਰ ਦੇ ਦੇਣਾ, ਅਤੇ ਮਾਲ ਆਵੇ ਲਓ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਂਦਾ, ਅਤੇ ਮਾਲ ਸਾਰਾ ਖਿੱਲਰ ਗਿਆ ਦੇਣੇ। ਆਪਾਂ ਨੂੰ ਕੰਮ ਕੋਈ ਨਹੀਂ ਆ, ਸਿਰਫ ਇਹਨਾਂ ਨੂੰ ਪਾਣੀ ਲਾਉਣਾ ਦਵਾਈ ਵਾਲਾ। ਮਾਲ ਅਜੇ ਵੀ ਵੈਸੇ ਟੈਟ ਆ, ਵੇਖਦਾ ਕਿਤੇ ਇੱਕ ਪਿੱਲਰ ਜਗ੍ਹਾ ਹੋਰ ਦੇ ਦੇਣਾ। ਇੱਕ ਜਗ੍ਹਾ ਪਿੱਲਰ ਦੇ ਦੀ ਫਿਰ ਯਾਰ ਫੀਡ ਨਹੀਂ ਖਾਂਦਾ, ਫੀਡ ਦਾ ਨਾ ਸਿਸਟਮ ਵੱਧਦਾ ਜਾਂਦਾ। ਅਤੇ ਰਾਤ ਦਾ ਬਾਈ ਜੀ ਆਪਾਂ ਸ਼ਿਕਾਰ ਖੇਡਿਆ, ਫਿਰ ਚੂਹੇ ਮਾਰੇ ਆ, ਚੂਹੇ ਦੋ ਭੱਜ ਗਏ। ਆਹ ਰਾਡਾਂ ਫਸੀਆਂ ਨਾ ਆਹ ਵਾਲੀ, ਆਹ ਵੇ ਅਜੇ ਵੀ ਹੈਗਾ, ਅਜੇ ਵੀ ਜਿੰਦਾ ਹੀ ਸਰ ਆਵੇ। ਕੋਈ ਗੱਲ ਨਹੀਂ, ਬਹੁਤ ਹੁੰਦੇ ਨੂੰ ਲਾਉਣਾ ਉੱਤੋਂ। ਹਾਂਜੀ ਬਾਈ ਜੀ, ਇੱਧਰ ਵੀ ਸੇਮ ਹੀ ਆ, ਪਰ ਵੀਡੀਓ ਆਪਾਂ ਦੋ ਕੁ ਘੰਟੇ ਬਾਅਦ ਫਿਰ ਬਣਾਉਣ ਲੱਗੇ, ਕਿਉਂਕਿ ਮੇਰਾ ਕੋਈ ਸੱਜਣ ਆ ਗਿਆ ਸੀ, ਮੈਂ ਉਹਨਾਂ ਨਾਲ ਨਾਲੇ ਇੱਕ ਸੌਦਾ ਜਿਹਾ ਕਰਨਾ ਸੀ, ਉਹ ਕਰਨ ਲੱਗ ਪਿਆ, ਸਮਾਨ ਲੈਣਾ ਸੀ ਕੋਈ, ਉਹ ਲੈ ਲਿਆ ਆਪਾਂ, ਸਰਦੀਆਂ ਦੇ ਵਿੱਚ ਕੰਮ ਆਊਗਾ ਚੀਜ਼। ਅਤੇ ਇੱਧਰ ਵਾਲਾ ਮਾਲ ਵੀ, ਅਤੇ ਤਰਪਾਲਾਂ ਬਾਈ ਇੱਧਰੋਂ ਵੀ ਥੱਲੇ ਜੇ, ਅਤੇ ਇੱਧਰੋਂ ਵੀ ਥੱਲੇ ਜੇ, ਅਤੇ ਮਾਲ ਤੁਸੀਂ ਵੇਖ ਸਕਦੇ ਜੇ ਬੁੱਗਾ ਢੱਡੀ ਫਿਰਦਾ। ਬਾਕੀ ਇਹਨਾਂ ਨੂੰ ਓਕੇ ਦੀ ਰਿਪੋਰਟ ਆ, ਹੋਰ ਕੋਈ ਚੀਜ਼ ਇਹਨਾਂ ਨੂੰ ਲੱਗਣੀ ਨਹੀਂ ਆ। ਆਪਾਂ ਇੰਨਾ ਕੁ ਕੰਮ ਹੀ, ਅਤੇ ਆਹ ਸੋਚਦੇ ਪਏ ਹਾਂ ਵੀ ਆਹ ਪਿੱਲਰ ਇੱਕ ਜਗ੍ਹਾ ਦੇ ਦਈਏ, ਮਾਲ ਲੂਜ਼ ਹੋ ਜੂਗਾ, ਜਿੰਨਾ ਸੋਹਣਾ ਜਿੰਨਾ ਲੂਜ਼ ਰਹੂਗਾ ਉਨਾ ਸੋਹਣਾ ਫੀਡ ਪਾਣੀ ਪੂਣੀ ਪੀਂਦਾ ਰਹੂਗਾ। ਬਾਕੀ ਇਹੀ ਅੱਜ ਦਾ ਵੀਰ ਜੀ ਕੰਮ ਆ, ਅਤੇ ਦਿਨ ਹੋ ਗਏ 4, ਅਤੇ ਬਾਕੀ ਆਪਾਂ ਟਰੈਕਟਰ ਆਪਣਾ ਜੇ ਇੱਥੇ ਖੜਿਆ, ਇਹਦੇ ਮਗਰ ਸਕੰਜਾ ਜਿਹਾ ਪਾ ਕੇ, ਅਤੇ ਕੁੱਕੜ ਡੱਕਣ ਵਾਸਤੇ ਇੱਕ ਜਾਲੀ ਚੁੱਕ ਕੇ ਲਿਆਉਣੀ ਆ ਆਪਣੇ ਜੇ ਪੀ ਬਾਈ ਜੀ ਵੇਲੀ, ਉਹਨੇ ਬਣਾਈ ਸੀ ਅਤੇ ਆਪ ਉਹਨਾਂ ਨੇ ਰੱਖੇ ਨਹੀਂ। ਖਲਾਰਾ ਬੜਾ ਪਾਉਂਦੇ ਆ, ਚਲੋ ਆਪਣਾ ਤਾਂ ਫਾਰਮ 'ਤੇ ਬਾਹਰ ਰੱਖ ਛੱਡਾਂਗੇ, ਚਾਲ 'ਚ ਮੁਰ ਗਿਆ ਬੰਦਾ ਆਂਡੇ ਉਂਡੇ ਖਾ ਲੈਂਦਾ ਗਰ, ਅਤੇ ਉਹਦੇ ਕਰਕੇ ਉਹ ਸੌਦਾ ਜਿਹਾ ਕੀਤਾ, ਅਤੇ ਉਹ ਤੁਹਾਨੂੰ ਜਾਲੀ ਲਿਆਉਂਦੇ ਆ, ਅਤੇ ਫਿਰ ਤੁਹਾਨੂੰ ਦੱਸ ਦਿਆਂ, ਮਿਲਦੇ ਕਿ ਹੋਰ ਘੈਂਟ ਜਿਹੇ ਲੋਕ ਨਾਲ।